ਮੈਨੂੰ ਇਹ ਪਤਾ ਨਹੀਂ ਲੱਗਾ ਅਤੇ ਕੈਮਰਾ ਉਹ ਧੱਕਾ ਲੱਗਾ ਸੀ ਨਾ ਅਤੇ ਉਹ ਟੇੜਾ ਹੋ ਗਿਆ ਸੀ। ਹੋ ਸਕਦਾ ਵਿੱਚ ਮੂਵੀ ਕੋਈ ਬਿੰਗੀ ਬੁਣਿੰਗੀ ਹੋਏ। ਬਹਰਹਾਲ ਸਹੀ ਰੋਡ ਜੀ, ਚਲੋ ਸਹੀ ਹੈ ਜੀ, ਤੁਹਾਨੂੰ ਦਿਖਾਈਏ। ਬਿਊਟੀ ਪਾਰਲਰ ਮਾਰਕੀਟ ਹੈ ਜੀ। ਸਿਆਲਕੋਟ ਕੈਂਟ ਲਓ ਜੀ, ਅਗਲਾ ਪਾਰਟ ਸਾਡਾ ਸ਼ੁਰੂ ਹੋ ਗਿਆ। ਮਿਰਜ਼ਾ ਅਬਦਰ ਰਾਊਫ ਰੋਡ ਸਿਆਲਕੋਟ ਦੇ ਬੜੇ ਮਸ਼ਹੂਰ ਇਨਸਾਨ ਸਨ, ਬੜੇ ਅੱਛੇ ਅੱਛੀ ਸ਼ਖਸੀਅਤ ਸੀ ਮਿਰਜ਼ਾ ਅਬਦਰ ਰਾਊਫ। ਲੰਡਨ ਵਾਚ ਕੰਪਨੀ ਦੇ ਮਾਲਕ ਸਨ, ਕਿਉਂਕਿ ਉਹਨਾਂ ਦੀ ਰਿਹਾਇਸ਼ ਸੀ ਇੱਥੇ। ਇਸ ਹਿਸਾਬ ਨਾਲ ਮਿਰਜ਼ਾ ਅਬਦਰ ਰਾਊਫ ਰੋਡ ਇਹ ਆ ਗਿਆ ਜੀ। ਗੌਰਮੈਂਟ ਗਰਲ ਸੈਕੰਡਰੀ ਸਕੂਲ ਜੀ, ਬੜੀ ਅੱਛੀ ਹੈ ਉਹਨਾਂ ਨੇ ਸਜਾਵਟ ਕੀਤੀ ਵੀ ਹੈ ਜੀ। ਘੰਟਾ ਘਰ ਕਲੋਕ ਟਾਵਰ ਘੰਟਾ ਘਰ
ਸ਼ਹੀਦ ਰੋਡ। ਕਰ ਲੈਂਦੇ ਹਾਂ ਅਤੇ ਵਾਪਸ ਚੱਲਦੇ ਹਾਂ। ਹੁਣ ਤੁਹਾਨੂੰ ਕੱਲ੍ਹ ਇਨਸ਼ਾਅੱਲਾ, ਅੱਜ ਐਤਕੀ ਬਾਰਾਂ ਲੋ ਚੀਜ਼ ਨਹੀਂ ਜਿਹੜੀ ਕੁਛ ਪਹਿਲੇ ਹੁੰਦੀ ਹੈ, ਉਹਦੀ ਵਜ੍ਹਾ ਇਹੋ ਹੀ ਹੈਗੀ ਹੈ ਕਿ ਉਹ ਸ਼ਾਇਦ ਕੋਈ ਹਦਾਇਤ ਹੋ ਇੰਤਜ਼ਾਮੀਆ ਵੱਲੋਂ ਕਿ ਬਈ ਅੱਜ ਕੀ ਰਸ਼ ਨਹੀਂ ਜਾਂ ਰਸਤੇ ਨਹੀਂ ਬੰਦ ਕਰਨੇ। ਰਸਤੇ ਵੈਸੇ ਵੀ ਬੰਦ ਨਹੀਂ ਕਰਨੇ ਚਾਹੀਦੇ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ। ਮੈਂ ਇੱਕ ਕਾਲ ਕਰਨਾ ਚਾਹੁੰਦਾ, ਕੈਮਰਾ ਬੰਦ ਵੀ ਨਹੀਂ ਕਰਨਾ ਚਾਹੁੰਦਾ। ਬ੍ਰਾਈਡਲ ਕੇਅਰ ਦੀ ਸਾੜੀਆਂ ਦੇਖੋ, ਈਟ ਮੋਰ ਆਈਸਕ੍ਰੀਮ ਹੈ ਵੀ ਬੜੀ ਮਸ਼ਹੂਰ ਪੁਰਾਣੀ ਹੈ ਜੀ ਸਿਆਲਕੋਟ ਦੀ। ਅਗੇਨ ਘੰਟਾ ਘਰ ਇੰਗਲਿਸ਼ ਪੰਜਾਬੀ ਅਸੀਂ ਹੁਣ ਸਾਹਮਣੇ ਜਾਂਦੇ ਹਾਂ। ਬਾਰਾਂ ਲੋਕ ਜਿਸ ਤਰ੍ਹਾਂ ਰਸ਼ ਹੁੰਦੇ ਨੇ ਬਹੁਤ ਜ਼ਿਆਦਾ, ਮੇਰੀ ਉਹ ਤੁਸੀਂ ਪਿਛਲੀ ਵੀਡੀਓਸ ਦੇਖੋਗੇ ਉਹ ਚੀਜ਼ ਨੂੰ। ਐਤਕੀ ਖਾਮੋਸ਼ੀ ਹੈ ਇਹਨਾਂ ਨੂੰ,
ਸਿਆਲਕੋਟ ਐਂਡ ਦੀ ਸਾਈਡ ਰੋਡ ਜਿੰਨਾ ਇਫੀਸ਼ੈਂਸੀ ਸਕੂਲ ਰੋਡ ਅਸੀਂ ਹੋ ਜਾਈਏ ਮੇਨ ਰੋਡ 'ਤੇ। ਜੀ ਜੈਸੀ ਬਣੀ ਹੈ, ਮੈਂ ਉਹਨੂੰ ਅਪਲੋਡ ਕਰ ਦਿਆਂਗਾ। ਉਹ ਸਟੈਂਡਰਡ 'ਤੇ ਨਹੀਂ ਹੈਗਾ ਕਿਉਂਕਿ ਰੋਸ਼ਨੀ ਘੱਟ ਹੈ। ਇੱਕ ਵਾਰੀ ਫਿਰ ਸੁਨਾਮੀਆ ਕਾਲਜ ਰੋਡ 'ਤੇ, ਉੱਥੋਂ ਫਿਰ ਮੈਂ ਟਰਨ ਲਾਂਗਾ ਜੀ
ਆਪਣੇ ਘਰ ਵੱਲ। ਅੱਜ ਦਾ ਕੋਟਾ ਪੂਰਾ ਹੋ ਗਿਆ ਸਾਡਾ। ਬਾਕੀ ਕੱਲ੍ਹ ਬਹਰਹਾਲ ਅਜੇ ਵੀ 5-10 ਮਿੰਟ ਮਜ਼ੀਦ ਬਣੇਗੀ। ਲੇਕਿਨ ਬਹਰਹਾਲ ਜਲੂਸ ਕਿਉਂਕਿ ਕੱਲ੍ਹ ਦਿਨ ਦੀ ਰੋਸ਼ਨੀ 'ਚ ਉਹ ਉਮੀਦ ਹੈ ਕੱਚੀ ਬਣ ਜਾਏਗੀ। ਉਹ ਮੇਰੇ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਇੱਥੇ ਕਿਸੇ ਜ਼ਮਾਨੇ ਰਿਕਸ ਸਿਨੇਮਾ ਹੁੰਦਾ ਸੀ। ਆ ਗਿਆ ਜੀ ਰੇਲਵੇ ਰੋਡ, ਇਹ ਅਸੀਂ ਹੁਣ ਰਾਜਾ ਰੋਡ, ਇਹ ਰਾਜਾ ਰੋਡ ਮਿਸਤਰੀ ਅਬਦੁੱਲਾ।
ਦੱਸਦਾ ਕਿ ਮਸਜਿਦ ਅਬੂ ਹਨੀਫਾ ਇੱਥੋਂ ਤਕਰੀਬਨ ਅਸੀਂ ਸਟਾਰਟ ਕੀਤਾ ਸੀ ਲਓ ਜੀ ਇੱਥੋਂ ਹੁਣ ਮੈਂ ਆਪਣੀਆਂ ਤੁਸੀਂ ਦੁਆਵਾਂ 'ਚ ਯਾਦ ਰੱਖੋ ਇਜਾਜ਼ਤ ਦਿਓ ਖੁਸ਼ ਰਹੋ ਸ਼ਾਦ ਰਹੋ ਜੀ ਅੱਲਾਹ ਹਾਫਿਜ਼।